हैप्पी शिवरात्रि टू ऑल ऑफ यू. हैप्पी शिवरात्रि. हैप्पी शिवरात्रि. ਹਿੰਦੂ ਸੁਸਾਇਟੀ ਆਫ ਮੈਨੀਟੋਬਾ ਵੱਲੋਂ 21 ਫਰਵਰੀ 2020 ਦਿਨ ਸ਼ੁੱਕਰਵਾਰ ਨੂੰ ਮੈਨੀਟੋਬਾ ਵਿਖੇ ਸ਼ਿਵਰਾਤਰੀ ਦਾ ਵਿਸ਼ੇਸ਼ ਸਮਾਗਮ ਕਰਵਾਇਆ ਗਿਆ. ਜਿਸ ਚ ਸਵੇਰ 8 ਵਜੇ 5 ਦੇਵ ਪੂਜਾ, 12 ਵਜੇ ਹਵਨ, 4 ਵਜੇ ਰੁਦਰਾ ਅਭਿਸ਼ੇਕ ਅਤੇ 8 ਵਜੇ ਭਜਨ ਕੀਰਤਨ ਦਾ ਪ੍ਰੋਗਰਾਮ ਕਰਵਾਇਆ ਗਿਆ. ਹਾਂਜੀ ਮਨੂ ਜੀ, ਪਹਿਲਾਂ ਤੁਹਾਨੂੰ ਦੱਸੋ ਵੀ ਸ਼ਿਵਰਾਤਰੀ ਦੇ ਅਜੇ ਕਿੰਨਾ ਇਕੱਠ ਹੈਗਾ? ਅੱਜ ਕਾਫੀ ਲੋਕ ਆਏ ਹੈਗੇ ਜੀ, ਜਿਹਨਾਂ ਜਿਹਨਾਂ ਨੂੰ ਮਤਲਬ ਕਿ ਰਫਲੀ ਅਰਾਊਂਡ 600 to 800 ਪੀਪਲ ਕੇਮ ਟੂ ਟੈਂਪਲ ਟੂ ਗੈਟ ਦਾ ਬਲੈਸਿੰਗ ਔਫ ਸ਼ਿਵ ਜੀ. ਅਤੇ ਕਾਫੀ ਰਸ਼ ਹੈਗਾ, ਕਾਫੀ ਲੋਕ ਉਮੜ ਕੇ ਆਏ ਹੈਗੇ ਮੰਦਿਰ ਦੇ ਵਿੱਚ, ਅਤੇ ਅੱਛਾ ਲੱਗ ਰਿਹਾ ਜੀ. ਸ਼ਿਵਰਾਤਰੀ ਸ਼ਿਵ ਜੀ ਦਾ ਵਿਆਹ ਹੈ ਜੀ, ਅਤੇ ਸਾਰੇ ਬਰਾਤ ਦੇ ਵਿੱਚ ਸਾਰੇ ਬੰਦੇ ਪਹੁੰਚੇ ਹੋਏ ਹੈਗੇ ਆ, ਅਤੇ ਤੁਸੀਂ ਵੀ ਆਏ ਹੈਗੇ ਹੋ ਬਰਾਤ ਦੇ ਵਿੱਚ, ਅਤੇ ਆਪਾਂ ਸਭ ਨੂੰ ਕਿਹਾ ਹੈ ਕਿ ਸਾਰੇ ਆਓ ਅਤੇ ਯੂਨੋ ਸ਼ਿਵ ਜੀ ਦੀ ਬਰਾਤ ਦੇ ਵਿੱਚ ਨਾ ਵੱਧ ਚੜ੍ਹ ਕੇ ਹਿੱਸਾ ਦਿੱਤਾ ਜਾਵੇ, ਅਤੇ ਗੁੱਡ ਡੇ ਜੀ. ਹਾਂਜੀ, ਇਹ ਸ਼ਿਵਰਾਤਰੀ ਦਾ ਪਰਵ ਬੜਾ ਅੱਛਾ ਪਰਵ ਹੈ. ਇਹ ਸ਼ਿਵ ਜੀ ਦਾ ਵਿਆਹ ਹੁੰਦਾ ਹੈ ਅਤੇ ਇਹਦੇ 'ਚ ਬਰਾਤ ਨਿਕਾਲੀ ਜਾਂਦੀ ਹੈ, ਅਤੇ ਉਹਦੇ 'ਚ ਬਹੁਤ ਜ਼ਿਆਦਾ ਰੌਣਕ ਆਉਂਦੀ ਹੈ.
ਤੁਸੀਂ ਉੱਪਰ ਥੋੜ੍ਹੀ ਜਿਹਾ ਤੱਕ ਆਪ ਹੀ ਦੇਖ ਲਓਗੇ। ਵੈਲ ਸਭ ਤੋਂ ਪਹਿਲੇ ਸ਼ਿਵਰਾਤਰੀ ਕੀ ਸਭ ਕੋ ਬਹੁਤ ਬਹੁਤ ਹਾਰਦਿਕ ਸ਼ੁਭਕਾਮਨਾ। ਆਪ ਸਭੀ ਕੋ ਲੋਡ ਸਿਵਾ, ਸਭ ਕੀ ਪ੍ਰੋਗਰੈਸ ਕਰੇ, ਸਭ ਕੋ ਗੁੱਡ ਬਲੈਸਿੰਗਸ ਦੇ, ਐਂਡ ਹੈਪੀ ਟੂ ਹੈਪੀ ਸ਼ਿਵਰਾਤਰੀ ਟੂ ਆਲ ਆਫ ਯੂ। ਵੈਲ ਸੰਗਤ ਮੁਝੇ ਲਗਤਾ ਹੈ 1000 ਸੇ ਜ਼ਿਆਦਾ ਹੋਗੀ ਓਵਰਆਲ ਪੂਰੇ ਦਿਨ ਮੇਂ ਲਗਾਏ ਤੋ। ਹਾਂਜੀ, ਆਪ ਸ਼ਿਵਰਾਤਰੀ ਕੇ ਬਾਰੇ ਮੇਂ ਕਿਆ ਬੋਲਣਾ ਚਾਹਤੇ ਹੋ? ਹੈਪੀ ਸ਼ਿਵਰਾਤਰੀ ਟੂ ਆਲ ਆਫ ਯੂ। ਟੁਡੇ ਵੀ ਡਿਡ ਪੂਜਾ ਆਫ ਲਾਰਡ ਸ਼ਿਵਾ ਐਂਡ ਵੀ ਆਫਰਡ ਸਮ ਮਿਲਕ ਐਂਡ ਵਾਟਰ ਐਂਡ ਵੀ ਆਲਸੋ ਡਿਡ ਅ ਪ੍ਰੇਅਰ ਐਂਡ ਵੀ ਹੈਵ ਵੀ ਕੁਕਡ ਸਮ ਡਿਲੀਸ਼ੀਅਸ ਫੂਡ ਫਾਰ ਐਵਰੀਬਾਡੀ ਐਂਡ ਦੇਰ ਵਾਸ ਆਲਸੋ ਫੂਡ ਫਾਰ ਦ ਪੀਪਲ ਹੂ ਵਰ ਫਾਸਟਿੰਗ। ਓਕੇ, ਯੂ ਆਰ ਈਟਿੰਗ ਦ ਫੂਡ? ਯੈਸ। ਯੂ ਲਾਈਕ ਇਟ? ਯੈਸ। ਬਸ ਜੀ, ਮੈਂ ਸਾਰੇ ਸਮੂਹ ਸੰਗਤ ਨੂੰ ਪਹਿਲਾਂ ਤਾਂ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਣਾ ਚਾਹੁੰਦਾ ਜੀ। ਅੱਜ ਸਾਡੇ ਇੱਥੇ ਆਲੇ ਸਾਲੇ ਮੰਦਰ 'ਚ ਸਾਰੀ ਜਿਹੜੀ ਸੰਗਤ ਹੈ ਵਿਨੀਪੈਗ ਦੀ ਇੱਥੇ ਪਹੁੰਚੇ ਹੈ ਅਤੇ ਬੜੇ ਜੋਸ਼ ਨਾਲ ਇੱਥੇ ਸਾਰੇ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਅਤੇ ਸਾਰੀ ਸੰਗਤ ਨੂੰ ਸਾਡੇ ਵੱਲੋਂ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਅਤੇ ਤੁਸੀਂ ਕਿੰਨੀ ਕੁ ਸੇਵਾ ਕੀਤੀ ਹੈ ਜੀ? ਬਸ ਜੀ, ਅਸੀਂ ਆਪਣੇ ਵੱਲੋਂ ਜਿੰਨੀ ਕੁ ਕਰ ਸਕਦੇ ਹਾਂ। ਸਾਰਾ ਪਰਿਵਾਰ ਇੱਥੇ ਹੈ ਅਤੇ ਸਾਰੇ ਖੜ੍ਹੇ ਹਾਂ ਇੱਥੇ, ਸੇਵਾ 'ਚ ਵੀ ਲੱਗੇ ਹੋਏ ਹਾਂ ਅਤੇ ਆਪਣੇ ਵੱਲੋਂ ਪੂਰਾ ਹੈਗਾ ਕਿ ਕੀਤਾ ਜਾਊਗਾ ਜੀ ਜਿੰਨਾ ਕਰ ਸਕਦੇ। ਪਹਿਲੀ ਗੱਲ ਤਾਂ ਅੱਜ ਜਿਹੜੀ ਸੰਗਤ ਆਈ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਅੱਜ ਸਵੇਰ ਤੋਂ ਹੀ 8 ਵਜੇ ਤੋਂ ਆਪਣਾ ਪ੍ਰੋਗਰਾਮ ਸ਼ੁਰੂ ਹੋਇਆ ਅਤੇ 12 ਵਜੇ ਤੱਕ ਰਾਤ ਨੂੰ ਚੱਲੂਗਾ। ਅਤੇ ਰਿਕੁਐਸਟ ਇੱਕ ਹੋਰ ਵੀ ਆਈ ਸੀ ਕੁਝ ਬੰਦਿਆਂ ਦੀ ਕਿ ਅਸੀਂ ਸਾਰੀ ਰਾਤ ਖੋਲ੍ਹਣਾ ਚਾਹੁੰਦੇ ਹਾਂ ਅਤੇ ਹੋ ਸਕਦਾ ਮੰਦਰ ਸਾਰੀ ਰਾਤ ਹੀ ਖੁੱਲ੍ਹੇ। ਇਹ ਹਿੰਦੂ ਸੁਸਾਇਟੀ ਦੇ 2 ਮੰਦਰ ਹੈਗੇ, ਇੱਕ ਸੈਂਟ ਐਂਸ 'ਤੇ ਹੈਗਾ, ਇੱਕ ਐਲਿਸ ਐਵਨਿਊ 'ਤੇ ਹੈਗਾ। ਅਸੀਂ ਐਲਿਸ ਐਵਨਿਊ ਤੋਂ ਬੋਲ ਰਹੇ ਹਾਂ ਅਤੇ ਸ਼ਿਵਰਾਤਰੀ ਜਿਹੜਾ ਹੈ ਇਹ ਬਹੁਤ ਹੀ ਸ਼ੁਭ ਪਰਵ ਮੰਨਿਆ ਗਿਆ ਹੈ ਹਿੰਦੂ ਕਲਚਰ 'ਚ। ਹਿੰਦੂ ਕਲਚਰ 3 ਵਿਆਹ ਜਿਹੜੇ ਹੈ ਬਹੁਤ ਸ਼ੁਭ ਮੰਨੇ ਗਏ ਹੈ, ਉਹਨਾਂ 'ਚੋਂ ਪਾਰਵਤੀ ਮੰਗਲ, ਰੁਕਮਣੀ ਮੰਗਲ ਅਤੇ ਆਪਣੇ ਜਾਨਕੀ ਮੰਗਲ। ਅਤੇ ਅੱਜ ਅਸੀਂ ਪਾਰਵਤੀ ਮੰਗਲ ਮਨਾ ਰਹੇ ਹਾਂ, ਮਤਲਬ ਸ਼ਿਵਜੀ ਦਾ ਵਿਆਹ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ, ਜਿਹਦੇ 'ਚ ਅਸੀਂ ਸ਼ੁਰੂ ਤੋਂ ਹੀ ਸਵੇਰ ਤੋਂ ਹੀ ਆਪਣਾ ਅਭਿਸ਼ੇਕ ਹੋ ਰਿਹਾ, 12 ਵਜੇ ਅਸੀਂ ਹਵਨ ਕੀਤਾ ਅਤੇ ਹੁਣ ਵੀ ਉਹੀ ਕਾਰਜਕ੍ਰਮ ਚੱਲ ਰਿਹਾ। ਇਹ ਪੂਰੀ ਇੰਡੀਆ 'ਤੇ ਜਿੱਥੇ ਵੀ ਆਪਣੇ ਭਾਰਤੀ ਲੋਕ ਵੱਸਦੇ ਹੈ ਉਹ ਸਾਰੇ ਇਹਨੂੰ ਬੜੇ ਉਤਸ਼ਾਹ ਨਾਲ ਮਨਾਉਂਦੇ ਹੈ। ਜਨਮਾਸ਼ਟਮੀ ਹੋਈ, ਸ਼ਿਵਰਾਤਰੀ ਹੋਈ, ਇਹ 2 ਮੁੱਖ ਪਰਵ ਮੰਨੇ ਗਏ ਹੈ ਅਤੇ ਅੱਜ ਤੁਸੀਂ ਰੌਣਕ ਦੇਖ ਹੀ ਰਹੇ ਹੋ ਅਸੀਂ। ਅਤੇ ਇਹੀ ਮੈਂ ਕਹਿਣਾ ਚਾਹੂੰਗਾ ਕਿ ਅੱਜ ਬੜਾ ਸ਼ੁਭ ਦਿਨ ਹੈ, ਸਾਰਿਆਂ ਨੂੰ ਮੁਬਾਰਕ ਹੋਵੇ, ਜਿਹੜੀ ਸੰਗਤ ਆਈ ਉਹਨਾਂ ਨੂੰ ਮੁਬਾਰਕ ਹੋਵੇ, ਜਿਹੜੇ ਨਹੀਂ ਆ ਸਕੇ ਉਹਨਾਂ ਦਾ ਵੀ ਪ੍ਰਭੂ ਭਲਾ ਕਰਨ। ਅਤੇ ਸ਼ਰਧਾਲੂਆਂ 'ਚ ਉਸਤਾਹ ਕਿੰਨਾ ਕੁ ਸੀਗਾ? ਉਤਸ਼ਾਹ ਤਾਂ ਬਹੁਤ ਸੀਗਾ ਅਤੇ ਸਵੇਰੇ ਤੋਂ ਲੋਕ ਆਈ ਗਏ ਚਲੀ ਗਏ, ਕਰੀਬ 1000 ਬੰਦੇ ਤਾਂ ਅੱਜ ਵਿਜਿਟ ਕਰਕੇ ਆਊਗਾ ਮੰਦਰ ਨੂੰ।